ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਦੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਚਲਦੇ ਆ ਜਿਹੜੀ ਪਹਿਲੀ ਖ਼ਬਰ ਹੈ ਜੀ ਯੂਰੋਪੀਅਨ ਲੋਕਾਂ ਦੇ ਵਾਸਤੇ ਇੱਕ ਖੁਸ਼ਖਬਰੀ ਹੈ। ਜਿਹੜੇ ਲੋਕ ਯੂਰੋ ਦਾ ਉਪਯੋਗ ਕਰਦੇ ਹਨ ਜਾਂ ਯੂਰੋ ਨੂੰ ਜਿਹੜਾ ਇੰਡੀਆ ਦੇ ਵਿੱਚ ਵੀ ਭੇਜਦੇ ਹਨ, ਉਹਨਾਂ ਦੇ ਵਾਸਤੇ ਮੁਲਾਜ਼ਜਤ ਦਾ ਦਿਨ ਜਿਹੜਾ ਇਹ ਜੀ ਵਧੀਆ ਹੈ। ਕਿਉਂਕਿ ਅੱਜ ਯੂਰੋ ਦਾ ਜਿਹੜਾ ਰੇਟ ਹੈ ਜੀ ਥੋੜਾ ਉੱਚਾ ਉੱਠ ਚੁੱਕਾ ਹੈ 79 ਰੁਪਏ 99 ਪੈਸੇ। ਤੁਸੀਂ 80 ਰੁਪਏ ਹੀ ਕਹਿ ਸਕਦੇ ਹੋ। ਇਸ ਵਿੱਚ ਇੱਕ ਹੋਰ ਵਧੀਆ ਗੱਲ ਵੀ ਹੈ ਕਿ ਅੱਜ ਜਿਹੜਾ ਅਮਰੀਕਨ ਡਾਲ ਇਹ ਯੂਰੋ ਤੋਂ ਕਾਫੀ ਥੱਲੇ ਆ ਚੁੱਕਾ ਹੈ 90 ਰੁਪਏ 64 ਪੈਸੇ ਦੇ ਉੱਪਰ ਜਦੋਂ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਅਮਰੀਕਨ ਡਾਲਰ ਸੀ ਯੂਰੋ ਤੋਂ ਉੱਪਰ ਚੱਲ ਰਿਹਾ ਸੀ ਜਿੱਦਾਂ ਕਿ ਅੱਜ ਸ਼ਨੀਵਾਰ ਹੋ ਚੁੱਕਾ ਹੈ ਤੇ ਅੱਜ ਦਾ ਜਿਹੜਾ ਵੈਦਰ ਹੈ ਜੀ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਛੁੱਟੀ ਹੁੰਦੀ ਹੈ ਤੇ ਉਹਨਾਂ ਨੇ ਆਪਣਾ ਕਈ ਵਾਰ ਕਿਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਵੀ ਬਣਾਉਣਾ ਹੁੰਦਾ ਹੈ ਅੱਜ ਤੁਹਾਨੂੰ ਇਹ ਦੱਸਦੇ ਹਾਂ ਕਿ ਇਟਲੀ ਦੇ ਵਿੱਚ ਅੱਜ ਜਿੱਦਾਂ ਕਿ ਸੈਚਰਡੇ ਹੋ ਚੁੱਕਾ ਹੈ 10 ਸਤੰਬਰ ਟੈਂਪਰੇਚਰ ਜਿਹੜਾ ਹੈ ਜੀ ਥੱਲੇ ਜਾ ਰਿਹਾ ਹੈ ਕੁਝ ਸ ਜੈਰੂਲਰਟ ਇਸ ਕਰਕੇ ਜਾਰੀ ਕੀਤਾ ਕਿਉਂਕਿ ਤੂਫਾਨ ਦਾ ਜਿਹੜਾ ਖਤਰਾ ਦੱਸਿਆ ਜਾ ਰਿਹਾ ਹੈ ਅਮਰੀਕਾ ਰਮਾਨੀਆ ਦੇ ਵਿੱਚ ਬਾਕੀ ਸਾਊਥ ਦੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਟੈਂਪਰੇਚਰ ਦੇ ਵਿੱਚ ਤੁਹਾਨੂੰ ਅੱਜ ਗਰਾਊਟ ਦੇਖਣ ਨੂੰ ਮਿਲੇਗੀ ਬਾਕੀ ਜਿਹੜੀ ਸਭ ਤੋਂ ਜ਼ਿਆਦਾ ਗਰਮੀ ਦੱਸੀ ਜਾ ਰਹੀ ਜਿਸ ਅਸਟ੍ਰੇਲੀਆ ਦੇ ਵਿੱਚ ਪੈਣ ਦੀ ਸੰਭਾਵਨਾ ਹੈ ਟੈਂਪਰੇਚਰ 33-35 ਡਿਗਰੀ ਜਿਹੜਾ ਪੋਸੀਬਲ ਹੋ ਸਕਦਾ ਹੈ ਜਦੋਂ ਕਿ ਨਾਰਮਲ ਤੌਰ ਤੇ 30 ਡਿਗਰੀ ਦੇ ਆਸ-ਪਾਸ ਹੁੰਦਾ ਹੈ ਬਾਕੀ ਇੱਥੇ ਦੇ ਵਿੱਚ ਸਤੰਬਰ ਦਾ ਮਹੀਨਾ ਚੱਲ ਰਿਹਾ ਤੇ ਜਿਹੜਾ ਅਕਤੂਬਰ ਦਾ ਮਹੀਨਾ ਨੇੜੇ ਆਉਣ ਵਾਲਾ ਹੈ ਤਾਨੂੰ ਪਤਾ ਹੈ ਕਿ 28 29 30 ਅਕਤੂਬਰ ਦੇ ਨੇੜੇ ਜਿਹੜਾ ਲਾਸਟ ਹਫਤਾ ਹੁੰਦਾ ਹੈ ਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਸੂਈਆਂ ਹਨ ਜੀ ਕਲॉक ਟਾਈਮ ਹੈ ਜਿਹੜਾ ਚੇਂਜ ਕੀਤਾ ਜਾਂਦਾ ਹੈ ਪਰੰਤੂ ਇਸ ਵਾਰ ਜਿਹੜੀ ਇਸ ਚੀਜ਼ ਦੇ ਉੱਤੇ ਕਾਫੀ ਉੱਤਲੀ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਚਰਚਾ ਚੱਲ ਰਹੀ ਹੈ ਕਿ ਜਿਹੜਾ ਟਾਈਮ ਹੈ ਜੀ ਇਸ ਨੂੰ ਪਰਮਾਨੈਂਟ ਹੀ ਕਰ ਦਿੱਤਾ ਜਾਵੇ ਇਸ ਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਸੂਈਆਂ ਚੇਂਜ ਕੀਤੀਆਂ ਜਾਂਦੀਆਂ ਟਾਈਮ ਜਿੱਦਾਂ ਕੀ ਪਿੱਛੇ ਕੀਤਾ ਜਾਂਦਾ ਹੈ ਇਸ ਟਾਈਮ ਅਗਰ ਆਪਾਂ ਟਾਈਮ ਦੇਖੀਏ ਕਿਉਂਕਿ ਇਸ ਟਾਈਮ ਦੇ ਵਿੱਚ ਜਿਹੜਾ ਗਰਮੀਆਂ ਵਾਲਾ ਟਾਈਮ ਚੱਲ ਰਿਹਾ ਹੈ ਜੇ ਇਟਲੀ ਦੇ ਵਿੱਚ ਜਦੋਂ ਵੀਡੀਓ ਤੁਹਾਡੇ ਤੇ ਕੋਲ ਪਹੁੰਚਦੀ ਹੈ ਤਕਰੀਬਨ 6 ਵਜੇ ਹੁੰਦੀ ਹੈ ਸਵੇਰ ਤੇ ਉਸ ਟਾਈਮ ਇੰਡੀਆ ਦੇ ਵਿੱਚ ਤਕਰੀਬਨ 9:30 ਵਜੇ ਹੁੰਦੇ ਹਨ ਹੁਣ ਜੇ 1 ਘੰਟਾ ਇਸ ਨੂੰ ਅੱਗੇ ਪਿੱਛੇ ਕੀਤਾ ਜਾਂਦਾ ਹੈ ਜਿਹੜਾ ਸਰਦੀਆਂ ਦੇ ਵਿੱਚ ਡਿਫਰੈਂਸ ਹੈ ਜੀ 4:30 ਘੰਟੇ ਦਾ ਹੋ ਜਾਂਦਾ ਹੈ ਮਤਲਬ ਜੋ ਤੱਕ ਤੁਹਾਡੇ ਕੋਲ ਵੀਡੀਓ ਪਹੁੰਚਦੀ ਹੈ ਇਟਲੀ ਦੇ ਵਿੱਚ 6 ਵਜੇ ਤੇ ਇੰਡੀਆ ਦੇ ਵਿੱਚ ਉਸ ਟਾਈਮ 10:30 ਹੋ ਜਾਂਦੇ ਹਨ ਹੁਣ ਵੀ ਜਿਹੜੀ ਚਰਚਾ ਦੀ ਮੁੱਦਾ ਮੌਲੀ ਗੱਲ ਹੈ ਮੇਨ ਕਿ ਸਰਕਾਰ ਵੱਲੋਂ ਜਿਹੜਾ ਇਸ ਚੀਜ਼ ਦੇ ਉੱਤੇ ਕਾਫੀ ਜਿਹੜੇ ਐਕਸਪੈਰੀਮੈਂਟ ਵੀ ਕੀਤੇ ਜਾ ਰਹੇ ਹਨ ਤੇ ਕੁਝ ਗੱਲਾਂ ਦੇ ਵਿਚਾਰ ਵਟਾਂਦਰੇ ਵੀ ਚੱਲ ਰਹੇ ਹਨ ਕਿ ਜਿਹੜਾ ਟਾਈਮ ਹੈ ਜੀ ਕਿਉਂ ਨਾ ਪਰਮਾਨੈਂਟ ਹੀ ਕਰ ਦਿੱਤਾ ਜਾਵੇ ਇਹਦੇ ਨਾਲ ਹੀ ਵੀ ਦੇਖਿਆ ਯਾਰੇ ਕੁਝ ਲੋਕਾਂ ਦੀ ਵੀ ਜਿੱਦਾਂ ਕਿ ਸ਼ੂਗਰ ਦੀ ਬਿਮਾਰੀ ਵਧਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਉਂਕਿ ਜਿੱਦਾਂ ਕਿ ਆਪਣੇ ਟਾਈਮ ਟੇਬਲ ਦੇ ਹਿਸਾਬ ਦੇ ਨਾਲੇ ਦੇਖ ਰਹੇ ਹਨ ਕਿ ਲੋਕਾਂ ਦਾ ਜਿੱਦਾਂ ਕਿ ਘੁੰਮਣ ਫਿਰਨ ਦਾ ਟਾਈਮ ਜਾਂ ਬਾਹਰ ਨਿਕਲਣ ਦਾ ਟਾਈਮ ਸੈਰ ਸਪਟੇ ਦਾ ਟਾਈਮ ਤਾਂ ਨਹੀਂ ਕਿਤੇ ਚੇਂਜ ਹੋ ਰਿਹਾ ਕਿਉਂਕਿ ਜਿਹੜਾ ਸਰਕਾਰਾਂ ਕੋਈ ਵੀ ਕੰਮ ਕਰਦੀਆਂ ਇਹਦੇ ਪਿੱਛੇ ਜਿਹੜਾ ਬਹੁਤ ਜ਼ਿਆਦਾ ਐਨਲਾਈਜ਼ ਚੀਜ਼ਾਂ ਨੂੰ ਕੀਤਾ ਜਾਂਦਾ ਹੈ ਤੇ ਨਾਲੇ ਜਿੱਦਾਂ ਕਿ ਇਸ ਤਰ੍ਹਾਂ ਕ੍ਰੇਜ਼ੀ ਚੱਲ ਰਹੀ ਇਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਇਹਦੇ ਨਾਲ ਜਿੱਦਾਂ ਕਿ ਗੈਸ ਦੀ ਖਪਤ ਦੇ ਉੱਤੇ ਕੀ ਫਰਕ ਪੈ ਸਕਦਾ ਹੈ। ਬਾਕੀ ਇੱਥੇ ਤੁਹਾਨੂੰ ਇਹ ਦੱਸ ਜੀ ਕਿ ਸਾਬਤ ਤੋਂ ਮਤਲਬ ਜਿਹੜਾ 29 ਅਦਮੈਨਿਕ ਤਰੰਤ ਅਕਤੂਬਰ ਜਿਹੜਾ ਆ ਰਿਹਾ ਹੈ ਜੀ। ਇਹਦੇ ਵਿੱਚ ਘੜੀਆਂ ਨੂੰ ਜਿੱਦਾਂ ਕਿ 3 ਵਜੇ ਦਾ ਟਾਈਮ ਜਦੋਂ ਹੁੰਦਾ ਹੈ ਉਸ ਟਾਈਮ ਵਿੱਚ ਨੂੰ 2 ਵਜੇ ਕਰ ਦਿੱਤਾ ਜਾਵੇਗਾ। 1 ਘੰਟਾ ਘੜੀਆਂ ਨੂੰ ਪਿੱਛੇ ਕਰ ਦਿੱਤਾ ਜਾਵੇਗਾ। ਚੱਲਦੇ ਹਾਂ ਜੀ ਆਪਣੀ ਨੈਕਸਟ ਖ਼ਬਰ ਤੇ ਜਿੱਦਾਂ ਕਿ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈਥ 2 ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਤਾਂ ਇਹਨਾਂ ਨੂੰ ਕੀ ਹੁੰਦਾ ਕਿ ਉਸ ਤੋਂ ਬਾਅਦ 96 ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਉਰਥੇ 96 ਤੋਪਾਂ ਦੀ ਸਲਾਮੀ ਕਿਉਂ ਦਿੱਤੀ ਜਾਂਦੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਇਸ ਤਰ੍ਹਾਂ ਹੋਇਆ ਹੈ ਕਿ ਜਿੱਦਾਂ ਕਿ 96 ਸਾਲ ਦੀ ਉਹਦੀ ਉਮਰ ਸੀ ਤੇ ਇੱਕ ਸਾਲ ਨੂੰ ਜਿਹੜੀ ਜਿੱਦਾਂ ਕਿ ਇੱਕ ਜਿਹੜੀ ਤੋਪ ਹੈ ਜੀ ਪਰਿਭਾਸ਼ਿਤ ਕਰਦੀ ਹੈ ਤੋ ਇਸ ਕਰਕੇ ਜਿਹੜੀ 96 ਤੋਪਾਂ ਦੀ ਜਿਹੜੀ ਇਹਨਾਂ ਨੂੰ ਸਲਾਮੀ ਦਿੱਤੀ ਗਈ ਨੈਕਸਟ ਖਬਰ ਜਿਹੜੀ ਆਪਣੀ ਹੈ ਜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਖਬਰ ਹੈ ਇਹ ਖਬਰ ਜਿਹੜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦੇ ਸੁਣਨ ਦੇ ਵਾਸਤੇ ਜ਼ਰੂਰੀ ਹੈ ਜਿੱਦਾਂ ਕਿ ਆਮ ਕਰਕੇ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਇਨਸਾਨ ਦਾ ਸਰੀਰ ਹੈ ਜੋ ਨਾਸ਼ਵਰ ਹੈ ਕਿਉਂਕਿ ਇੱਕਨਾਂ ਇੱਕ ਦਿਨ ਜਿਹੜਾ ਸਰੀਰ ਹੈ ਖਤਮ ਹੋ ਜਾਣਾ ਹੈ ਪਰੰਤੂ ਜਿਹੜੇ ਸਪੇਨ ਦੇ ਵਿਗਿਆਨਕ ਹਨ ਜੀ ਇਸ ਦਾਅਵੇ ਨੂੰ ਜਿਹੜਾ ਚੁਣੌਤੀ ਦੇਣ ਜਾ ਰਹੇ ਹਨ ਹਾਲ ਦੇ ਦਿਨਾਂ ਦੇ ਵਿੱਚ ਸਪੇਨ ਦੀ ਯੂਨੀਵਰਸਿਟੀ ਦੇ ਸਾਇੰਟਿਸਟ ਨੇ ਇੱਕ ਜੈਲੀਫਿਸ਼ ਜਿਹੜੀ ਹੁੰਦੀ ਹੈ ਜੈਲੀਫਿਸ਼ ਹੁੰਦੀ ਹੈ ਜੀ ਇੱਕ ਸਮੁੰਦਰ ਦੇ ਵਿੱਚ ਇੱਕ ਤਰ੍ਹਾਂ ਦਾ ਜੀਵ ਹੁੰਦਾ ਹੈ ਜਿਹੜਾ ਕਦੀ ਵੀ ਮਰਦਾ ਨਹੀਂ ਹੈ ਜਿਸ ਨੂੰ ਆਪਾਂ ਅਮਰ ਵੀ ਕਹਿ ਸਕਦੇ ਹਾਂ ਇਸ ਜੀਵ ਦੀ ਕਦੀ ਵੀ ਮੌਤ ਨਹੀਂ ਹੁੰਦੀ ਤੁਸੀਂ YouTube ਵਗੈਰਾ ਦੇ ਉੱਤੇ ਵੀ ਜੈਲੀਫਿਸ਼ ਨੂੰ ਸਰਚ ਕਰ ਸਕਦੇ ਹੋ ਇਹ ਨਵ ਵਿਗਿਆਨੀਆਂ ਨੇ ਜਿਹੜੇ ਸਾਇੰਟਿਸਟ ਹਨ ਇਹਨਾਂ ਨੇ ਜੈਲੀਫਿਸ਼ ਦੇ ਉੱਤੇ ਹੀ ਰਿਸਰਚ ਕੀਤਾ ਹੈ ਤੇ ਇਸ ਰਿਸਰਚ ਦੇ ਆਧਾਰ ਦੇ ਉੱਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਅਮਰ ਜਿਸ ਨੂੰ ਆਪਾਂ ਅਮਰ ਕਹਿੰਦੇ ਹਾਂ ਕਿ ਇਨਸਾਨ ਅਮਰ ਹੋ ਸਕਦਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਨਸਾਨ ਜਿਹੜਾ ਹੈ ਜੀ ਇਸ ਤੋਂ ਬਸ ਇੱਕ ਕਦਮ ਦੀ ਦੂਰੀ ਦੇ ਉੱਤੇ ਹੈ ਇਹ ਗੱਲ ਜਿਹੜੀ ਸਪੇਨ ਦੇ ਵਿਗਿਆਨੀਆਂ ਦੇ ਵੱਲੋਂ ਕਹੀ ਜਾ ਰਹੀ ਹੈ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਜੈਲੀਫਿਸ਼ ਹੈ ਜੀ ਧਰਤੀ ਦਾ ਇਕਲੌਤਾ ਇਹੋ ਜਿਹਾ ਕੋਈ ਇੱਕ ਪ੍ਰਾਣੀ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਦੁਬਾਰਾ ਜਿਹੜਾ ਕੁਝ ਸਮੇਂ ਬਾਅਦ ਇਸ ਦੇ ਜਿਦਾਂ ਕਿ ਆਪਣੀ ਜੁਵਾਨ ਅਵਸਥਾ ਦੇ ਵਿੱਚ ਵਾਪਸ ਪਰਤਨ ਦੀ ਸੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਕਪੈਸਿਟੀ ਹੁੰਦੀ ਹੈ ਜਦੋਂ ਇਸ ਜੀਵ ਦੇ ਕੋਈ ਛੱਟ ਝੂਟ ਲੱਗਦੀ ਜਾਂ ਕੋਈ ਇਸ ਨੂੰ ਅਗਾਤ ਹੁੰਦਾ ਹੈ ਤੇ ਜੀਵ ਜਿਹੜਾ ਹੈ ਜੀ ਦੁਬਾਰਾ ਆਪਣੇ ਆਪ ਨੂੰ ਜਵਾਨ ਕਰ ਲੈਂਦਾ ਹੈ ਇਸ ਤਰ੍ਹਾਂ ਜਦੋਂ ਤੱਕ ਚਾਹੇ ਇਹ ਜੀਵਤ ਰਹਿ ਸਕਦਾ ਹੈ ਭਾਵੇਂ ਇੰਗਲੈਂਡ ਦੇ ਵਿੱਚ ਜਿਹੜੇ ਇਸ ਟਾਈਮ ਉੱਥੋਂ ਦੇ ਕਿੰਗ ਹਨ ਜੀ ਚਾਰਲਸ ਜਿਹੜੇ ਤ੍ਰਿਤੀਆ ਜਿਹੜੇ ਉੱਥੋਂ ਦੇ ਕਿੰਗ ਜਿਹੜੇ ਬਣ ਚੁੱਕੇ ਹਨ ਚਾਰਲਸ 3 ਤਿੰਨਾਂ ਦਾ ਜਿਹੜਾ ਪਹਿਲਾ ਸੰਬੋਧਨ ਹੈ ਜੀ ਰੈਸਟਰ ਦੇ ਨਾਮ ਜਿਹੜਾ ਉਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੰਕਲਪ ਲਿਆ ਉਹ ਕਹਿੰਦੇ ਹਨ ਕਿ ਜਦ ਤੱਕ ਉਹਨਾਂ ਦੀ ਉਮਰ ਹੈ ਹੁਣ ਉਹ ਪੂਰੇ ਦੇਸ਼ ਦੀ ਜਿਹੜੀ ਸੇਵਾ ਕਰਨਗੇ ਕਿਉਂਕਿ ਜਿਹੜੀ ਰਾਜਗਦੀ ਹੈ ਜਿਹਨਾਂ ਨੇ ਸੰਭਾਲੀ ਹੈ ਇਹਦੇ ਨਾਲ ਹੀ ਜਿਹੜੀ ਉਹਨਾਂ ਨੂੰ ਇੱਕ ਖਿਤਾਬ ਦਿੱਤਾ ਗਿਆ ਮਹਾਰਾਜ ਚਾਰਲਸ 3 ਮਤਲਬ 3 ਤੀਸਰੇ ਚਾਰਲਸ ਮਹਾਰਾਜ ਹੁਣ ਚਲਦੇ ਹਾਂ ਜਿਹੜੀ ਆਪਣੀ ਨੈਕਸਟ ਅਪਡੇਟ ਹੈ ਜੀਜੀਤਾ ਦੀ ਨਾਸਾ ਦੇ ਨਾਲ ਸੰਬੰਧਿਤ ਹੈ ਇਸ ਦੇ ਵਿੱਚ ਜਿਹੜੀ ਚੀਤਾ ਦੀ ਨਾਸਤਾ ਹੁੰਦੀ ਹੈ ਕਿਹੜੇ ਕਿਹੜੇ ਤਰੀਕੇ ਨਾਲ ਹਾਸਲ ਹੁੰਦੀ ਹੈ ਪਹਿਲੇ ਤੁਹਾਨੂੰ ਇਹ ਦੱਸ ਦਈਏ ਇੱਕ ਤਾਂ ਹੁੰਦਾ ਹੈ ਜੀ ਖੂਨ ਦਾ ਰਿਸ਼ਤਾ ਦੂਸਰਾ ਤਰੀਕਾ ਇਹ ਹੁੰਦਾ ਹੈ ਕਿ ਜਿਹੜੀ ਸਿਟੀਜ਼ਨਸ਼ਿਪ ਹੈ ਜੀ ਚੀਤਾ ਦੀ ਨਾਸਤਾ ਜਿਹੜੀ ਹੈ ਜੀ ਮੈਰਿਜ ਬੇਸ ਦੇ ਉੱਤੇ ਵੀ ਲਈ ਜਾ ਸਕਦੀ ਹੈ ਜਾਂ ਫਿਰ ਜਿਹੜੀ ਚੀਤਾ ਦੀ ਨਾਸਤਾ ਹੁੰਦੀ ਹੈ ਜਿੱਦਾਂ ਕਿ ਰੈਜ਼ੀਡੈਂਸ ਆਪਾਂ ਜਦੋਂ ਇੱਥੇ ਰਹਿੰਦੇ ਆ ਇਟਲੀ ਰੈਜ਼ੀਡੈਂਸ ਜਿੱਦਾਂ ਰੈਜ਼ੀਡੈਂਸ ਜਿਹਨੂੰ ਕਹਿੰਦੇ ਉਸ ਦੇ ਬੇਸ ਦੇ ਉੱਤੇ ਵੀ ਲੈ ਸਕਦੇ ਹੋ ਇਸ ਤਰ੍ਹਾਂ ਤਕਰੀਬਨ ਤਿੰਨ ਤਰੀਕੇ ਹਨ ਜਿਨ੍ਹਾਂ ਦੇ ਨਾਲ ਚੀਤਾ ਦੀ ਨਾਸਤਾ ਲੋਕਾਂ ਨੂੰ ਮਿਲਦੀ ਹੈ ਹੁਣ ਇਹਦੇ ਵਿੱਚ ਜਿਹੜੇ ਵਿਦੇਸ਼ੀ ਨਾਗਰਿਕ ਹਨ ਜਿਹੜੇ ਕਿ ਨੌਨ ਈਯੂ ਮਨ ਲੋ ਜਿਹੜੇ ਯੂਰਪੀਅਨ ਕੰਟਰੀ ਦੇ ਨਾਲ ਸਬੰਧ ਨਹੀਂ ਰੱਖਦੇ ਜਿਨ੍ਹਾਂ ਨੂੰ ਤੀਸਰੀ ਦੁਨੀਆ ਦੇ ਦੇਸ਼ ਵੀ ਕਹਿ ਸਕਦਾ ਕਿ ਇੰਡੀਆ ਹੋ ਗਿਆ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਜਾਂ ਜਿਹੜੀ ਯੂਰਪ ਤੋਂ ਬਾਹਰ ਲੀਆਂ ਕੰਟਰੀਆਂ ਦੇ ਲੋਕ ਹਨ ਇਹਨਾਂ ਦੇ ਵਾਸਤੇ ਘੱਟੋ ਘੱਟ ਜਿਹੜਾ ਟਾਈਮ ਪੀਰੀਅਡ ਹੈ ਜੀ ਸਰਕਾਰ ਨੇ 10 ਸਾਲ ਦਾ ਰੱਖਿਆ ਹੋਇਆ ਹੈ ਮਨ ਲੀਗਲ ਰੈਜੀਡੈਂਸੀ ਜਿਹੜੀ ਇੱਥੇ ਦੀ ਹੋਣੀ ਚਾਹੀਦੀ ਹੈ ਜੇ ਤੁਸੀਂ ਕਿਸੇ ਯੂਰਪੀਅਨ ਦੇਸ਼ ਦੇ ਨਾਗਰਿਕ ਹੋ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਕੀ ਕੀਤਾ ਸੀ ਲੋਕਾਂ ਨੇ ਕਿ ਬਹੁਤ ਤੇ ਦੂਰ ਦੇ ਦੇਸ਼ਾਂ ਦੇ ਵਿੱਚੋਂ ਆ ਕੇ ਲੋਕਾਂ ਨੇ ਛੋਟੇ ਮੋਟੇ ਜਿਹੜੇ ਯੂਰਪੀ ਦੇਸ਼ ਹਨ ਜਿੱਦਾਂ ਕਿ ਰូមਾਨੀਆ ਹੋ ਗਿਆ ਜਾਂ ਕੋਈ ਹੋਰ ਦੇਸ਼ ਵੀ ਜਿੱਦਾਂ ਯੂਰਪ ਦੇ ਵਿੱਚ ਆਉਂਦੇ ਹਨ ਲੋਕਾਂ ਨੇ ਉੱਥੇ ਜਾ ਕੇ ਜਿਹੜੀ ਉੱਥੋਂ ਦੀ ਸਿਟੀਜ਼ਨਸ਼ਿਪ ਜਾਂ ਰੈਜ਼ੀਡੈਂਸ ਆ ਜਿਹੜਾ ਬਣਾਇਆ ਪਹਿਲਾਂ ਤੇ ਪਹਿਲਾਂ ਉਹ ਜਿਹੜੇ ਯੂਰਪੀ ਦੇਸ਼ਾਂ ਦੇ ਨਾਗਰਿਕ ਬਣੇ ਉਸ ਤੋਂ ਬਾਅਦ ਜਦੋਂ ਕੋਈ ਸਵਾਬ ਇਹੋ ਜਿਹੇ ਬਣਿਆ ਇਟਲੀ ਦੇ ਵਿੱਚ ਉਹਨਾਂ ਨੂੰ ਆਉਣਾ ਪਿਆ ਤੇ ਇੱਥੇ ਆ ਕੇ ਉਹਨਾਂ ਦੇ ਵਾਸਤੇ ਕੀ ਹੋਇਆ ਕਿ ਉਹਨਾਂ ਜਿਹੜੀ ਸਿਟੀਜ਼ਨਸ਼ਿਪ ਦਾ ਟਾਈਮ ਹੈ ਜੀ 4 ਸਾਲ ਦਾ ਘਟਾ ਦਿੱਤਾ ਗਿਆ ਬਾਕੀ 4 ਸਾਲ ਦਾ ਜਿਹੜਾ ਰੈਜ਼ੀਡੈਂਸ ਹੈ ਜੀ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਯੂਰਪੀਅਨ ਦੇਸ਼ਾਂ ਦੇ ਵਿੱਚ ਰਹਿੰਦੇ ਹਨ ਤੇ ਇਟਲੀ ਦੀ ਜਿਹੜੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਹਨ ਨਾ ਕਿ ਇੰਡੀਆ ਪਾਕਿਸਤਾਨ ਜਾਂ ਆਪਣੇ ਦੇਸ਼ਾਂ ਦੇ ਵਾਸਤੇ ਬਾਕੀ ਇਟਲੀ ਦੇ ਵਿੱਚ ਤੁਸੀਂ ਕੁਝ ਸਮੇਂ ਤੋਂ ਸੁਣਿਆ ਹੋਵੇਗਾ ਕਿ ਜਿਹੜੀ ਇਟਲੀ ਦੀ ਆਬਾਦੀ ਉਹ ਘਟ ਰਹੀ ਹੈ ਹੁਣ ਸਰਕਾਰ ਵੀ ਪੂਰਾ ਜੋਰ ਲਾ ਰਹੀ ਹੈ ਸਰਕਾਰ ਨੇ ਜਿਹੜਾ ਸੈਨੀਓਨਿਕੋ ਜੋ ਵੀ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਤਨਖਾਹ ਤੋਂ ਵੱਖਰਾ ਤੇ ਬੱਚਿਆਂ ਦੇ ਵਾਸਤੇ ਮੁੱਲ ਜ਼ਿਆਦਾ ਸਹੂਲਤਾਂ ਵੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਫਿਰ ਵੀ ਜਿਹੜਾ ਸਰਕਾਰ ਨੇ ਸਾਰੇ ਡਾਟੇ ਕੱਢ ਕੇ ਦੇਖੇ ਹੋਏ ਨੇ ਸਰਕਾਰ ਨੂੰ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਤਲੀ ਦੀ ਆਬਾਦੀ ਘਟ ਸਕਦੀ ਹੈ ਮਰ ਜਿਹੜੇ ਜਵਾਨ ਲੋਕ ਹਨ ਜਿਹੜੀ ਇਤਲੀ ਦੇ ਵਿੱਚ ਘਟ ਸਕਦੇ ਹਨ ਇਹਦੇ ਪਿੱਛੇ ਜਿਹੜਾ ਮੇਨ ਡਾਟਾ ਹੈ ਜੀ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਕਿ ਜਿਹੜੇ ਡਾਟੇ ਐਨਲਾਈਜ਼ ਕੀਤੇ ਗਏ ਨੇ ਉਹਦੇ ਵਿੱਚ ਇਹ ਦੱਸਿਆ ਹੈ ਕਿ ਇਤਲੀ ਦੇ ਵਿੱਚ ਤਕਰੀਬਨ ਹਰ 6 ਮਿੰਟ ਦੇ ਵਿੱਚ ਇੱਕ ਬੱਚੇ ਦਾ ਜਿਹੜਾ ਜਨਮ ਹੁੰਦਾ ਹੈ ਪੂਰੀ ਇਤਲੀ ਦੀ ਆਪਾਂ ਗੱਲ ਕਰ ਰਹੇ ਹਾਂ ਹਰ 6 ਮਿੰਟ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਤੇ ਹਰ 4 ਮਿੰਟ ਦੇ ਵਿੱਚ ਇੱਕ ਬੰਦੇ ਦੀ ਮੌਤ ਵੀ ਹੁੰਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਅੰਤਰ ਆ ਚੁੱਕਾ ਹੈ ਮਤਲਬ 1 ਘੰਟੇ ਦੇ ਵਿੱਚ 10 ਬੱਚਿਆਂ ਦਾ ਜਨਮ ਹੁੰਦਾ ਹੈ ਤੇ 1 ਘੰਟੇ ਦੇ ਵਿੱਚ 15 ਲੋਕਾਂ ਦੀ ਮੌਤ ਹੁੰਦੀ ਹੈ ਤੇ ਇਸ ਤੋਂ ਇਲਾਵਾ ਹਰ 45 ਮਿੰਟ ਦੇ ਵਿੱਚ ਇੱਕ ਬੰਦਾ ਇਟਲੀ ਨੂੰ ਛੱਡ ਕੇ ਹੋਰ ਦੇਸ਼ਾਂ ਦੇ ਵਿੱਚ ਜਾ ਰਿਹਾ ਹੈ ਬਾਕੀ ਫਿਲਹਾਲ ਜਿਹੜੀ ਇਟਲੀ ਦੀ ਆਬਾਦੀ ਹੈ ਜੀ 2022 ਦੇ ਵਿੱਚ ਘਟ ਕੇ 5 ਕਰੋੜ 90 ਲੱਖ 33804 ਦੇ ਉੱਤੇ ਆ ਚੁੱਕੀ ਹੈ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਰੋਮ ਸ਼ਹਿਰ ਇਟਲੀ ਦੇ ਵਿੱਚ 23 ਲੱਖ ਦੀ ਆਬਾਦੀ ਹੈ ਮਿਲਾਨ ਦੇ ਵਿੱਚ तकरीबन 12 ਲੱਖ ਤੋਂ ਜ਼ਿਆਦਾ ਆਬਾਦੀ ਹੈ ਮਿਲਾਨ ਦੀ ਨਾਪੋਲੀ ਵਿੱਚ 9.5 ਲੱਖ ਦੇ ਕਰੀਬ ਜਿਹੜੀ ਆਬਾਦੀ ਹੈ ਤ੍ਰੀਨੋ ਸ਼ਹਿਰ ਦੇ ਵਿੱਚ 8.7 ਲੱਖ 70 ਹਜ਼ਾਰ ਪਲੇਰਮੋ 6.48 ਲੱਖ 30 ਤੋਂ ਲਾਵਾ ਚਾਰ ਪੰਜ ਸ਼ਹਿਰ ਹੋਰ ਹਨ ਜਿੱਦਾਂ ਕਿ ਜੀਨੋਵਾ ਜਿਹੜਾ ਹੈ ਜੀ 5.80 ਲੱਖ ਬਲੂਨੀਆ 3.08 ਲੱਖ ਫਲੋਰੈਂਸ ਜਿਹੜਾ 3.49 ਕਤਾਨੀਆ ਵਿੱਚ 2.90 ਲੱਖ ਤੇ ਬਾਰੀ ਦੇ ਵਿੱਚ 2.70 ਹਜ਼ਾਰ ਦੀ ਜਿਹੜੀ ਆਬਾਦੀ ਵਸਦੀ ਹੈ ਬਾਕੀ ਜਾਣਕਾਰੀਆਂ ਹੋਰ ਵੀ ਬਹੁਤ ਜ਼ਿਆਦਾ ਡੂੰਘਾਈ ਦੇ ਨਾਲ ਹੁੰਦੀਆਂ ਹਨ ਅਗਰ ਸਾਰੀਆਂ ਜਾਣਕਾਰੀਆਂ ਵਾਸਤੇ ਆਪਾਂ ਨੂੰ ਜਿਹੜੀ ਵੀਡੀਓ ਹੈ ਜੀ ਬਹੁਤ ਲੰਬੀ ਬਣਾਉਣੀ ਪਵੇਗੀ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਡੀਓ ਵਿੱਚ ਕੋਈ ਜਿਹੜੀ ਸਪੈਸ਼ਲ ਖਬਰਾਂ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਵੇ। ਬਾਕੀ ਤੁਸੀਂ ਵੀਡੀਓ ਇੱਥੇ ਤੱਕ ਦੇਖੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਦਬਾ ਕੇ ਰੱਖਣਾ ਹੈ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਸਿੱਧੀ ਜਿਹੜੀ ਆਪਣੀ ਨੋਟੀਫਿਕੇਸ਼ਨ ਹੈ ਜੀ ਤੁਹਾਡੇ ਤੱਕ ਪਹੁੰਚ ਸਕੇ। ਇਹ ਕਾਫੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧ